ਇਥੋਂ ਰੋੜੇ ਭਰ ਕੇ ਲੈ ਜਾਂਦੇ ਹੁੰਦੇ ਸੀ ਤੇ ਇੱਥੇ ਫਿਰ ਜਾਪ ਕਰੀ ਜਾਣਾ ਤੇ ਵਿੱਚ ਗਦਾਵੇ ਸੁੱਟੀ ਜਾਣਾ। ਇਹ ਸੰਤ ਬਾਬਾ ਅਤਰ ਸਿੰਘ ਜੀ ਜਿਨ੍ਹਾਂ ਨੇ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਨੂੰ ਅੰਮ੍ਰਿਤ ਛਕਾਇਆ, ਇੱਥੇ ਉਹਨਾਂ ਨੇ ਜਪ ਤਪ ਕੀਤਾ ਆ। ਮਤਲਬ ਕਿ ਜਿਹੜੇ ਨਗਰ ਚਲ ਜਾਂਦੇ ਹੁੰਦੇ ਸੀ ਸਾਰਾ ਸਾਰਾ ਨਗਰ ਅਮੁੱਤਰ ਹੀ ਕਰ ਦਿੰਦੇ ਹੁੰਦੇ। ਹਾਂਜੀ, ਰੋੜੇ ਲੈ ਲੈਂਦੇ ਸੀਗੇ, ਇਹ ਰੋੜਾ ਸਿੱਟਿਆ ਤੇ ਜਾਪ ਕੀਤਾ ਹਨਾ, ਲੱਗੇ ਰਹਿੰਦੇ ਸੀਗੇ। ਤੇ ਇੱਥੋਂ ਦੇ ਲੋਕ ਉਹਨਾਂ ਨੂੰ ਕਹਿੰਦੇ ਸੀ ਅਤਰੂ, ਕਈ ਮਤਲਬ ਕਹਿਣ ਵਾਲੇ ਹੁਣ ਮਹਾਰਾਜ ਨੂੰ ਵੀ ਤਾਂ ਕਹਿੰਦੇ ਸੀ ਜਦੋਂ ਮਹਾਰਾਜ ਨੇ ਖਾਲਸਾ ਸਾਜਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਤਾਂ ਪੁੱਠਾ ਪੈ ਗਿਆ। ਲਾਈਕ ਕਹਿਣ ਵਾਲੇ ਕਹਿੰਦੇ ਸੀ ਕਿ ਪਾਣੀ 'ਚ ਖੜੇ ਰਹਿੰਦੇ ਆ, ਲਾਈਕ ਸਮਥਿੰਗ ਇੱਦਾਂ। ਅਤੇ ਇਹ ਜਦੋਂ ਜਲ ਘੱਟ ਜਾਂਦਾ ਫਿਰ ਇਹ ਸਾਰੀ ਕੁਟੀਆ ਦਿਸਦੀ ਹੈ, ਨਹੀਂ ਤਾਂ ਜਲ ਦੇ ਵਿੱਚ ਰਹਿੰਦੀ ਆ। ਇਹ ਹੈਗਾ ਵਾ ਗਾਗਰ ਕੁੰਡ, ਜਿੱਥੋਂ ਅੰਮ੍ਰਿਤ ਵੇਲੇ ਇੱਥੋਂ ਜਲ ਭਰ ਕੇ ਲੈ ਕੇ ਜਾਂਦਾ ਹੈ ਸਿੰਘ ਮਹਾਰਾਜ ਜੀ ਦਾ ਇਸ਼ਨਾਨ ਕਰਾਉਣ ਵਾਸਤੇ। ਪਿੱਛੇ ਨਗੀਨਾ ਘਾਟ, ਬੰਦਾ ਘਾਟ, ਬੰਦਾ ਸਿੰਘ ਬਹਾਦਰ ਬਣਾਇਆ। ਰਮਣੀਕ ਜੀ ਜਿਹਾ ਲੱਗਣ ਦਿਆ ਹੁੰਦਾ ਜਿਵੇਂ ਹਨਾ, ਕਿ ਜੀ ਕਰਦਾ ਗਾਂ ਗਣ ਤੇ ਪਰ ਉੱਥੇ ਤੱਕ ਤਾਂ ਪਾ ਪਾ ਗਿਆ ਜੀ। ਆ ਪੌੜੀਆਂ ਇਧਰ ਹੀ ਕਿੰਨੇ ਉੱਤਰ ਗਏ, ਚੜ੍ਹਨੀਆਂ ਕਿੱਦਾਂ ਹੁਣ ਉੱਤਰਲੀਆਂ, ਉੱਧਰ ਨਹੀਂ ਖਿੱਚਣਾ ਹੈ ਨਹੀਂ ਜਾ ਕੇ ਦੇ ਤੁਹਾਨੂੰ ਫੇਰ ਚੱਕ ਲੈ, ਜਿੱਥੇ ਤੱਕ ਪਿੱਲਰ ਲੱਗੇ ਇੱਥੇ ਤੱਕ ਹੀ ਜਾ ਸਕਦੇ ਆਪਾਂ। ਤੁਸੀਂ ਜੀ ਕਹਿੰਦੇ ਸੀਗੇ ਕਿ ਮਤਲਬ ਕਿ ਲੱਤਾਂ ਤੱਕ ਹੀ ਪਾਣੀ ਆਉਂਦਾ ਜੇ ਉੱਥੇ ਤੱਕ ਜਾਈਏ, ਨਹੀਂ ਜ਼ਿਆਦਾ ਆਉਂਦਾ ਹੁਣ ਨਹੀਂ, ਥੋੜ੍ਹਾ ਆਉਂਦਾ ਹੀ ਨਹੀਂ ਪਿੱਲਰ ਇਹ ਲੈ ਲੂੰਗਾ ਉੱਥੋਂ ਗਾਂ ਜ਼ਿਆਦਾ। ਹੋ ਸਕਿਆ ਤੁਸੀਂ ਇਹ ਜਿਹੜਾ ਵਲੌਗ ਆ ਸਾਡੇ ਸਵੇਰ ਦੇ ਵਲੌਗ ਦੇ ਵਿੱਚ ਇਹ ਕਲਿੱਪਸ ਵੇਖੋਗੇ। ਉਹ ਇੱਧਰ ਹੀ ਸਾਡੇ ਸਾਹਮਣੇ ਐਨ ਆਰ ਆਈ ਸਰਾਂ, ਉਹ ਪਰ 6th ਫਲੋਰ ਤੇ ਸਾਡਾ ਰੂਮ ਆ। ਠੰਡੀ ਹਵਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਅਸੀਂ ਨੈਕਸਟ ਡੇ ਲਈ ਤਿਆਰ ਹੋ ਚੁੱਕੇ ਹਾਂ, 2 ਵੱਜਣ ਵਾਲੇ ਆ। ਅਤੇ ਸਾਰੇ ਮੈਨੂੰ ਕਹਿੰਦੇ ਸੀ ਜਦੋਂ ਮੈਂ ਟ੍ਰੇਨ 'ਚ ਦਮਾਦਾ ਸਜਾਇਆ ਸੀ, ਕਈਆਂ ਨੇ ਤਾਂ ਇਹ ਕਿਹਾ ਤੁਸੀਂ ਕਿਸੇ ਕੋਲੋਂ ਸਜਵਾਇਆ, ਨੋ ਮੈਨੂੰ ਆਉਂਦਾ ਕਿਉਂਕਿ ਮੈਂ ਪਹਿਲਾਂ ਵੀ ਸਜਾਉਂਦੀ ਸੀ। ਹੁਣ 2 ਵੱਜਣ ਵਾਲੇ ਨੇ ਅਤੇ ਅੰਮ੍ਰਿਤ ਵੇਲਾ ਹੋ ਗਿਆ ਅਤੇ ਮੈਂ ਰੈਸਟ ਨਹੀਂ ਕੀਤੀ ਕਿਉਂਕਿ ਫਿਰ ਮੈਂ ਆ ਕੇ ਰੈਸਟ ਕਰ ਲਈ ਸੀ, ਕੱਲ੍ਹ ਮੈਂ ਠੀਕ ਨਹੀਂ ਸੀ। ਅਤੇ ਫਿਰ ਤਖਤ ਸਾਹਿਬ ਤੋਂ ਆ ਕੇ ਫਿਰ ਮੈਨੂੰ ਨੀਂਦ ਨਹੀਂ ਆਈ, ਗੋਦਾਵਰੀ ਚਲੇ ਗਏ ਸੀਗੇ ਬਾਬਾ ਅਤਰ ਸਿੰਘ ਜੀ ਦੀ, ਜਿੱਥੇ ਉਹਨਾਂ ਨੇ ਭਗਤੀ ਕੀਤੀ। ਅਤੇ ਹੁਣ ਫਿਰ ਮੈਂ ਆਹ ਦਿਮਾਗਾ ਸਜਾ ਰਿਹਾ ਬਿਕੋਜ਼ ਇੱਥੇ ਕੰਨ 'ਤੇ ਇੱਕੋ ਹੀ ਲੜ ਆਉਂਦਾ, ਮੇਰੇ ਕੰਨ ਇੱਥੇ ਆ ਕੇ ਬਹੁਤ ਜ਼ਿਆਦਾ ਖਰਾਬ ਹੋ ਗਏ ਦਮਾਲੇ ਨਾਲ, ਪਤਾ ਨਹੀਂ ਕਿਉਂ ਘਰੇ ਜਾਂਦੀ ਨਹੀਂ ਸੀ, 2 ਦਿਨ ਛੁੱਟੀਆਂ ਸੀਗੀਆਂ। ਅਤੇ ਹੁਣ ਆਪਾਂ ਤਿਆਰ ਹਾਂ, ਚੱਲਦੇ ਹਾਂ, ਸਿੰਘ ਸਾਹਿਬ ਵੀ ਤਿਆਰ ਹੋ ਰਹੇ ਆ, ਮਾਮੀ ਜੀ ਨਾਲ ਆ, ਸਾਹਿਬ ਜੀ ਰੈਡੀ ਹੋ ਗਏ ਆ, ਅੰਗੂਰ ਖਾ ਰਹੇ ਆ। ਅਤੇ ਅੱਜ ਉੱਦਾਂ ਮੈਂ ਇਹਨਾਂ ਨਾਲ ਪੂਰੀ ਟਕਸਾਲ ਰਹੀ, ਮਤਲਬ ਕਿ ਵਾਈਫ ਹੁੰਦੀ ਆ, ਅੱਜ ਆਪਾਂ ਅਲੱਗ ਅਲੱਗ ਨਹੀਂ ਕਰਦੇ, ਨਹੀਂ ਕੋਈ ਨਹੀਂ ਇਹਦੀ ਤਾਂ ਮੰਨ ਲਈ ਆ। ਚਲੋ ਤੁਹਾਨੂੰ ਅੱਗੇ ਜਾਵਾਂਗੇ, ਮਹਾਰਾਜ ਕੇ ਕੱਢੋ ਵੀ ਇਹਨੂੰ ਚੁਸਤ ਫੁਰਤ ਰਹੋ, ਫਿਰ ਏ ਸੀ ਬੰਦ ਹੋ ਜਾਣੇ ਹੁੰਦੇ ਕਿ 4:30 ਵਜੇ ਭੁੰਡਾ ਵਾਂਗੂ ਨਿਕਲਣਗੇ ਸਾਰੇ ਬਾਹਰ, ਕਈ ਸੌਣ ਦੇ ਸ਼ੌਕੀਨ ਹੁੰਦੇ ਸਾਡੇ ਵਰਗੇ, ਗਰਮੀ ਨਾਲ ਹੀ ਉੱਠਦਾ ਬੰਦਾ। ਹਾਂਜੀ, ਸੰਗਤ ਬਹੁਤ ਜ਼ਿਆਦਾ ਹੋਣੀ ਆ ਗਾਗਰ ਦੀ ਸੇਵਾ ਵੇਲੇ ਵੀ, ਚਲੋ ਤੁਸੀਂ ਵੀ ਦਰਸ਼ਨ ਕਰੋ। ਸੰਗਤ ਜਿਹੜੀ ਸਾਰੀ ਉਹ ਉਡੀਕ ਦੇ ਵਿੱਚ ਬੈਠੀ ਆ ਸਿੰਘ ਸਾਹਿਬ ਜੀ ਦੀ, ਗਾਗਰੀ ਸਿੰਘ ਜਿਹੜੇ ਆ ਲੰਗਰ ਸਾਹਿਬ ਦੇ ਮੋਹਰੇ ਬੈਠ ਕੇ।
ਸ਼ਾਮ ਦੇ 5 ਵਜ ਚੁੱਕੇ ਆ ਤੇ ਹੁਣ ਅਸੀਂ ਦੋਨੋਂ ਜਣੇ ਰੈਡੀ ਹੋ ਗਏ ਆ ਤੇ ਹੁਣ ਅਸੀਂ ਚੱਲੇ ਆ ਸੱਚਖੰਡ ਸਾਹਿਬ ਵੱਲ ਨੂੰ। ਸੇਤ ਜੀ ਸੈੱਟ ਕਰਕੇ ਹੋਏ ਕੀ ਸੇਤ ਨਹੀਂ ਪਹਿਲਾਂ ਸੈੱਟ ਸੀ? ਹਾਂਜੀ ਉਹ ਵਾਹ ਮਾਇਆ ਭਾਰੀ ਮਾਇਆ ਬਹੁਤ ਮਿਲ ਕਰਦੀ ਤੇ ਐਦਾਂ ਕਹੀ ਜਾਵੇ ਇਹਨਾਂ ਦੇ ਸੀਗੇ ਬਾਅਦ ਤੇ ਹੁਣ ਅਸੀਂ ਜਾਵਾਂਗੇ ਦੋਨੋਂ ਜਣੇ ਫਿਰ ਆਵਾਂਗੇ ਦਰਸ਼ਨ ਮੇਲੇ ਕਰਕੇ। ਸੁਣੋ ਹਾਂ ਸਲਿੱਪਰ ਹੁਣ ਅਸੀਂ ਲਿਫਟ ਦੀ ਵੇਟ ਕਰਨ ਦੇ ਹਾਂ। ਤੀਜੇ ਫਲੋਰ 'ਤੇ ਆਈ ਹੈ ਸਾਡਾ 6th ਫਲੋਰ ਬਹੁਤ ਸੋਹਣੀ ਜਗ੍ਹਾ ਆਊਟਫਿਟ ਦਿਖਾਇਆ। ਲਓ ਜੀ ਤਾਰ ਬਰ ਤਿਆਰ ਹੋ ਗਏ ਲਿਫਟ ਵੀ ਲਗਭਗ ਆ ਗਈ ਹੈ। ਚਲੋ ਕਰਦੇ ਦਰਸ਼ਨ ਇਹਨੂੰ ਆਉਣਾ ਇਹਦਾ ਕੋਈ ਲਾਈ ਦੇ ਯਾਰ ਕੁਛ ਨਹੀਂ ਲੱਗਦਾ ਗੁਰੂ ਨਾਨਕ ਨਾਮ ਵਾਲੀ ਅੰਮ੍ਰਿਤ ਕੇ ਦਾਤੇ ਸ਼ਮਸ਼ੇਰ ਬਹਾਦਰ ਜੀ ਸਭ ਥਾਈ ਹੋਏ ਸਹਾਰੇ ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਾਗਤੀ ਜੋ ਜ਼ਾਹਰਾ ਜ਼ਹੂਰ ਹਾਜ਼ਰਾ ਜ਼ਹੂਰ ਸਰਕਲਾ ਭਰਪੂਰ ਸਭ ਥਾਈ ਹੋਏ ਸਹਾਰੇ ਚਾਰ ਸਾਹਿਬਜ਼ਾਦੇ ਸਾਹਿਬ ਅਜੀਤ ਸਿੰਘ ਜੀ ਸਾਹਿਬ ਜੁਝਾਰ ਸਿੰਘ ਜੀ ਸਾਹਿਬ ਜ਼ੋਰਾਵਰ ਸਿੰਘ ਜੀ ਸਾਹਿਬ ਕੇ ਆ ਗਏ ਸੀਗੇ ਤੇਰੇ ਨਾ ਤੇ ਹੁਣ ਅਸੀਂ ਬੈਠੇ ਹਾਂ ਸ਼ਾਇਦ ਬਾਹਰ ਵੀ ਜਾਵਾਂਗੇ ਆਪਾਂ ਕੁਲਵੰਤ ਸਿੰਘ ਜੀ ਦੇ ਵੀ ਦਰਸ਼ਨ ਕਰ ਲਏ ਆ
ਤੇ ਵਲੌਗ ਵੀ ਇੱਥੇ ਹੁਣ ਸਮਾਪਤੀ ਕਰਾਂਗੇ ਤੇ ਕੱਲ ਨੂੰ ਅਸੀਂ ਚੱਲਾਂਗੇ ਬਾਬਾ ਨਾਮਦੇਵ ਜੀ ਦੇ ਮੰਦਰ ਤੇ ਅੱਜ ਜਾਣਾ ਸੀ ਬਟ ਮੇਰੀ ਸਿਹਤ ਪੂਰਾ ਸਾਥ ਨਾ ਦੇ ਸਕੀ ਇਸ ਲਈ ਹੁਣ ਮੈਂ ਠੀਕ ਹਾਂ ਇਸ ਕਰਕੇ ਮੈਨੂੰ ਜੋਕ ਆ ਰਿਹਾ ਇਸ ਲਈ ਕਿਉਂਕਿ ਮੈਨੂੰ ਬਾਬਾ ਕੁਲਵੰਤ ਸਿੰਘ ਜੀ ਦੀਆਂ ਖੁਸ਼ੀਆਂ ਮਿਲੀਆਂ ਜੋ ਕਿ ਅਸੀਂ ਖੁਸ਼ੀਆਂ ਹੁਣ ਟੈਚੀ 'ਚ ਰੱਖ ਲਈਆਂ ਵਾ ਅਤੇ ਉਹ ਤੁਸੀਂ ਪਿਕਚਰ ਦੇਖ ਲਿਓ ਅਤੇ ਉਧਰ ਸਿੰਘ ਸਾਹਿਬ ਜੀ ਕੱਲ੍ਹ ਦੇ ਜਾਣ ਦਾ ਪ੍ਰਬੰਧ ਕਰਦੇ ਹੋਏ ਹੈਲੋ ਜੀ ਸਮੈਲ ਕੌਰ ਇੱਧਰ ਸ਼੍ਰੀਮਤੀ ਕੌਣ ਬਲਦੀਸ਼ ਕੌਰ ਅੱਜ ਤੇ ਮਤਲਬ ਮਾਸੀ ਦੇ ਚੋਲੇ ਸਾਰਾ ਕੁਛ ਸੂਟ ਪ੍ਰੈਸ ਕਰਤਾ ਬੋਲੋ ਤੇ ਆਪਾਂ ਪੀਣ ਲੱਗੇ ਹਾਂ ਜੀ ਸ਼ੇਕ ਤੇ ਇਹ ਸੇਵਾ ਹੈਗੀ ਨਾਨਕਿਆਂ ਵੱਲੋਂ ਨਾਨਕੇ ਸੇਵਾ ਕਰਨ ਲੱਗੇ ਨੇ ਮੈਂਗੋ ਸ਼ੇਕ ਦੀ ਵੈਸੇ ਸੌਣ ਦਾ ਟਾਈਮ ਗੁਪਤ ਮਾਮਾ ਜੀ ਵੱਲੋਂ ਗੁਪਤ ਸੇਵਾ ਵੈਸੇ ਤਾਂ ਸੌਣ ਦਾ ਟਾਈਮ ਸੀ ਅਸੀਂ ਓਦਾਂ ਹੀ ਬਾਹਰ ਆ ਗਏ ਆਉਂਦਿਆਂ ਨੂੰ ਅਸੀਂ ਮਾਮੇ ਫੜ ਹੈ ਜੀ ਨਾਲੇ ਅਸੀਂ ਅਸੀਂ ਫੜ ਲਿਆ ਆ ਕੇ ਮਾਮਾ ਜੀ ਮਾਮੀ ਜੀ ਇੱਥੇ ਬੈਠੇ ਜੂਸ ਪੀਣ ਡੇ ਸੀ ਦੁੱਧ ਪੀਣ ਲੱਗੇ ਮੈਂ ਬਾਹਲੀ ਕਰੀ ਬੀਸ਼ੇ ਮਾਸੀ ਦਾ ਜੂੜਾ ਕਿੱਦਾਂ ਲੱਗਦਾ ਮਾਸੀ ਤੈਨੂੰ ਮੁੱਕ ਨਹੀਂ